ਤੇਜ਼ ਰਫ਼ਤਾਰ ਟਰੱਕ ਦੇ ਹੇਠਾਂ ਆਉਣ ਨਾਲ ਗਰੀਬ ਰੇੜੀ ਵਾਲੇ ਦੀ ਮੌਤ ਹੋਈ ਹੈ। ਇੱਕ ਪ੍ਰਵਾਸੀ ਕੰਮ ਤੋਂ ਬਾਅਦ ਘਰ ਨੂੰ ਜਾ ਰਿਹਾ ਸੀ ਅਤੇ ਇੰਨੇ ਚਿਰ ਨੂੰ ਹੀ ਪਿੱਛੋਂ ਦੋ ਤੇਜ਼ ਰਫ਼ਤਾਰ 'ਚ ਟਰੱਕ ਆਉਂਦੇ ਨੇ। ਇਸ ਤੋਂ ਬਾਅਦ ਇੱਕ ਟਰੱਕ ਬੁਰੀ ਤਰ੍ਹਾਂ ਇਸ ਪ੍ਰਵਾਸੀ ਨੂੰ ਕੁਚਲਦਾ ਹੋਇਆ ਅਗਾਂਹ ਨੂੰ ਨਿਕਲ ਜਾਂਦਾ ਅਤੇ ਇੰਨੇ ਚਿਰ ਨੂੰ ਹੀ ਜੋ ਦੂਸਰਾ ਟਰੱਕ ਪਿੱਛੇ ਸੀ ਉਹ ਵੀ ਪਹਿਲਾਂ ਰੁਕਦਾ ਅਤੇ ਫਿਰ ਸ਼ਖਸ ਦੇ ਉੱਤੇ ਹੀ ਜੋ ਅਗਲਾ ਟਾਇਰ ਹੈ ਉਹ ਚੜਾ ਦਿੰਦਾ। ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਟਰੱਕ ਦੇ ਹੇਠਾਂ ਆਉਣ ਨਾਲ ਇੱਕ ਰੇਹੜੀ ਵਾਲੇ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਪ੍ਰਵਾਸੀ ਆਪਣੀ ਰੇਹੜੀ ਨੂੰ ਲੈ ਕੇ ਘਰ ਨੂੰ ਜਾ ਰਿਹਾ ਸੀ ਅਤੇ ਇੰਨੇ ਚਿਰ ਨੂੰ ਹੀ ਪਿੱਛੋਂ ਤੇਜ਼ ਰਫ਼ਤਾਰ 'ਚ ਇੱਕ ਟਰੱਕ ਆਉਂਦਾ ਜੋ ਕਿ ਉਸ ਰੇਹੜੀ ਵਾਲੇ ਨੂੰ ਪੂਰੀ ਤਰ੍ਹਾਂ ਕੁਚਲ ਦਿੰਦਾ, ਜਿਸ ਤੋਂ ਬਾਅਦ ਉਸਦੀ ਰੇਹੜੀ ਦਾ ਸਾਰਾ ਸਮਾਨ ਵੀ ਸੜਕ 'ਤੇ ਖਿਲਰ ਜਾਂਦਾ ਅਤੇ ਇੰਨੇ ਚਿਰ ਨੂੰ ਹੀ ਪਿੱਛੋਂ ਆ ਰਿਹਾ ਜੋ ਦੂਸਰਾ ਟਰੱਕ ਹੁੰਦਾ ਪਹਿਲਾਂ ਰੁਕਦਾ ਅਤੇ ਫਿਰ ਕੁਛ ਦੇਰ ਬਾਅਦ ਨਾਲ ਹੀ ਜਦੋਂ ਅਗਾਂਹ ਨੂੰ ਵੱਧਦਾ ਤਾਂ ਉਸਦਾ ਟਾਇਰ ਵੀ ਉਸ ਪ੍ਰਵਾਸੀ 'ਤੇ ਚੜ ਜਾਂਦਾ, ਜਿਸ ਤੋਂ ਬਾਅਦ ਉਸਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਉੱਥੇ ਹੀ ਜੋ ਆਸੇ ਪਾਸੇ ਦੇ ਲੋਕ ਨੇ ਜਦੋਂ ਇਸ ਘਟਨਾ ਦੇਖਦੇ ਨੇ ਤਾਂ ਉਹ ਜਮ੍ਹਾਂ ਹੋ ਜਾਂਦੇ ਨੇ ਤਾਂ ਉੱਥੇ ਹੀ ਨਾਲ ਹੀ ਮ੍ਰਿਤਕ ਦਾ ਜੋ ਪੁੱਤਰ ਹੈ ਉਹ ਵੀ ਅਗਾਂਹ ਉਸਦੇ ਨਾਲ ਹੀ ਜਾ ਰਿਹਾ ਸੀ ਅਤੇ ਪੁੱਤਰ ਦੀ ਅੱਖਾਂ ਦੇ ਸਾਹਮਣੇ ਹੀ ਜੋ ਪਿਓ ਦੀ ਮੌਤ ਹੋਈ ਹੈ ਅਤੇ ਪਰਿਵਾਰ ਦੇ ਵੱਲੋਂ ਹੁਣ ਪੁਲਿਸ ਕਾਰਵਾਈ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ। ਫਿਲਹਾਲ ਸੀਸੀਟੀਵੀ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆਈਆਂ ਨੇ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਰੇਹੜੀ ਵਾਲਾ ਹੈ ਉਹ ਆਪਣੀ ਰੇਹੜੀ ਨੂੰ ਲੈ ਕੇ ਘਰ ਨੂੰ ਜਾ ਰਿਹਾ ਸੀ ਅਤੇ ਇੰਨੇ ਚਿਰ ਨੂੰ ਹੀ ਪਿੱਛੋਂ ਤੇਜ਼ ਰਫ਼ਤਾਰ 'ਚ ਆ ਰਹੇ ਟਰੱਕ ਦੇ ਹੇਠਾਂ ਕੁਚਲੇ ਜਾਣ ਨਾਲ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਵਿਅਕਤੀ ਘਰ ਦਾ ਕਮਾਊ ਜੀ ਸੀ ਅਤੇ ਉਸਦੀ ਮੌਤ ਤੋਂ ਬਾਅਦ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਆ ਡਿੱਗਿਆ ਅਤੇ ਉੱਥੇ ਹੀ ਮ੍ਰਿਤਕ ਦੇ ਪੁੱਤਰ ਦੇ ਵੱਲੋਂ ਪੁਲਿਸ 'ਤੇ ਕਾਰਵਾਈ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਨੇ। ਡੈਡੀ ਦਾ ਐਕਸੀਡੈਂਟ ਹੋਇਆ ਸੀ ਭਾਈ, ਉਹ ਘਰ ਆਉਂਦੇ ਸੀ ਰੇਹੜੀ ਲੈ ਕੇ, ਠੀਕ ਮੈਂ ਨਾਲ ਹੀ ਅੱਗੇ ਸੀ ਥੋੜ੍ਹਾ ਜਿਹਾ, ਪਾਰਸ ਕੁਮਾਰ ਸੱਤੂ ਦੀ ਰੇਹੜੀ ਲਾਉਂਦੇ ਸੀ ਤਰਨ ਤਾਰਨ ਰੋਡ 'ਤੇ, ਉਹ ਘਰ ਆਉਂਦੇ ਰਾਤੀ 10:15 ਸਾਢੇ 10 ਵਜੇ ਦਾ ਟਾਈਮ ਸੀ, ਠੀਕ ਆ। ਉਹ ਆਉਂਦੇ ਪਏ ਸੀ ਆਪਣੇ ਰਾਹ ਆਉਂਦੇ ਆ, ਉਹ ਪਿੱਛੋਂ ਟਰੱਕ ਡਰਾਈਵਰ ਬੜੀ ਸਪੀਡ ਦੇ ਇਸ 'ਤੇ ਆਉਂਦੇ, ਦੋਵੇਂ ਰੇਸਾਂ ਲੈਂਦੇ ਆਉਂਦੇ ਦੋਵੇਂ ਟਰੱਕ ਡਰਾਈਵਰ, ਪੂਰੀ ਵੀਡੀਓਗ੍ਰਾਫੀ ਪੂਰਾ ਪ੍ਰੂਫ ਹੈਗਾ ਆਪਣੇ ਕੋਲ। ਉਹਨਾਂ ਨੇ ਪਿੱਛੋਂ ਉਡਾਈ ਆ, ਉਡਾ ਕੇ ਉੱਤੇ ਚੜਾ ਦਿੱਤੀ, ਉੱਤੋਂ ਲੰਘਾ ਕੇ ਉਹਨੇ ਇੱਕ ਨੇ ਭਜਾ ਲਈ ਹੈ ਨਾਲ, ਦੂਜੇ ਨੇ ਪਹਿਲਾਂ ਰੋਕੀ ਹੈ ਗੱਡੀ, ਉਹਨੇ ਵੇਖਿਆ ਕਿ ਡੈਡੀ ਮੇਰੇ ਹਿੱਲਣਦੇ ਆ, ਰੋਕ ਲਈ ਸੀ ਪੂਰੀ ਵੀਡੀਓ ਸਾਫ਼ ਪਤਾ ਲੱਗਣ ਦਾ, ਉਹਨੇ ਰੋਕੀ ਫਿਰ ਉਹਨੇ ਟਾਇਰ ਘੁਮਾਇਆ ਮਾੜਾ ਅਤੇ ਉੱਤੇ ਚੜਾਤੀ ਡੈਡੀ ਦੇ ਉੱਤੇ ਰੋਕਤੀ ਉਹਨੇ ਨਾਲ ਹੀ। ਤਿੰਨ ਦਿਨ ਹੋ ਗਿਆ, ਕੋਈ ਸੁਣਵਾਈ ਨਹੀਂ, ਪੋਸਟਮਾਰਟਮ ਪੁਲਿਸ ਪ੍ਰਸ਼ਾਸਨ ਕੋਈ ਗਏ ਆ ਤਾਂ ਇਹਨਾਂ ਨੇ ਜੰਬਿਆਂ ਜਮਾਨਤ 'ਤੇ ਬੰਦੇ ਛੱਡ ਵੀ ਦਿੱਤੇ ਇਹਨਾਂ ਦੇ ਨਾਲ, ਨਾ ਇਹਨਾਂ ਨੂੰ ਕੁਛ ਦੱਸਿਆ ਵਾ ਨਾ ਕੁਛ ਕੀਤਾ ਵਾ, ਨਾ ਜਦੋਂ ਆਪਾਂ ਪਹੁੰਚੇ ਡਰਾਈਵਰ ਨੂੰ ਚਾਵਾਂ ਫਲਾਉਂਦੇ ਸੀ ਇਹ, ਠੀਕ ਹੈ ਨਾ, ਨਾ ਇਹਨਾਂ ਨੂੰ ਲੋਕਅਪ 'ਚ ਰੱਖਿਆ ਵਾ, ਨਾ ਇਹਨਾਂ ਨੂੰ ਕੁਛ ਕੀਤਾ ਹਜੇ ਤੱਕ, ਨਾ ਉਹ ਬੰਦੇ ਵਾਪਸ ਸੱਦਣ ਦੇ, ਇਹਨਾਂ ਨੂੰ ਕਿਹਾ ਇਹਨਾਂ ਨੇ, ਇਹ ਕਹਿੰਦੇ ਜਮਾਨਤ 'ਤੇ ਜਿਹੜੇ ਛੱਡੇ ਸੀ ਵਾਪਸ ਸੱਦਣ ਲੱਗੇ, ਨਾ ਇਹਨਾਂ ਨੂੰ ਵਾਪਸ ਸੱਦੇ ਆ, ਧਾਰਾਵਾਂ ਇਹਨਾਂ ਨੇ ਚੇਂਜ ਕੀਤੀਆਂ ਵਾ, FIR ਦੀ ਤੁਹਾਨੂੰ ਮੈਂ ਫੋਟੋ ਭੇਜ ਦਾਂਗਾ, ਧਾਰਾਵਾਂ ਕਹਿੰਦੇ ਕਿ ਚੇਂਜ ਕਰਨੀਆਂ ਵਾ, ਉਹ ਚੇਂਜ ਵੀ ਨਹੀਂ ਕਰਨ ਦੇ, ਉਹ ਕਹਿੰਦੇ ਕਿ ਤੁਸੀਂ ਪੋਸਟਮਾਰਟਮ ਕਰਾਓ, ਸੰਸਕਾਰ ਕਰੋ, ਫਿਰ ਕਰ ਦਾਂਗੇ, ਬੰਦੇ ਅਗਲੇ ਕੋਈ ਛੱਡਣੇ ਨਾ, ਟਰੱਕਾਂ ਦੋਵੇਂ ਲੱਗੇ ਹੋਏ ਆ। ਹਾਂਜੀ, ਬੰਦੇ ਪਹਿਲਾਂ ਸਾਡੇ ਕਹਿੰਦੇ ਕਿ ਉਹਨਾਂ ਮੌਕੇ 'ਤੇ ਜ਼ਮਾਨਤ ਕਰ ਦੇਣੀ, ਆਪਾਂ ਤਾਂ ਉਹ ਕਰਤੀ ਹੈ, ਪਹਿਲਾਂ ਹੀ ਕਰਤੀ, ਹੁਣ ਕਹਿੰਦੇ ਕਿ ਨਹੀਂ ਆਪਾਂ ਸੱਦ ਲਏ ਵਾਪਸ, ਉਹ ਗਏ ਨਹੀਂ ਕਿਤੇ, ਪਹਿਲਾਂ ਨੂੰ ਇਹ ਕਹਿੰਦੇ ਸੀ ਕਿ ਆਪਾਂ ਕੱਲ ਹੀ ਛੱਡਦੇ ਆ, ਅੱਜ ਸਵੇਰੇ ਆਏ ਹਾਂ ਤਾਂ ਕਹਿੰਦੇ ਆਪਾਂ ਛੱਡੇ ਹੀ ਨਹੀਂ ਸੀ, ਅਤੇ ਉਹ ਹਜੇ ਤੱਕ ਬੰਦੇ ਵਿਖਾਏ ਨਹੀਂ ਆ, ਉਹ ਆਏ ਨਹੀਂ ਹਜੇ ਤੱਕ ਬੰਦੇ ਵਿਖਾਏ ਵੀ ਨਹੀਂ ਉਹਨਾਂ ਨੇ, ਪਰਸੋਂ ਰਾਤ ਜਿਸ ਟਾਈਮ ਐਕਸੀਡੈਂਟ ਆਇਆ ਉਸ ਤੋਂ ਅੱਧੇ ਘੰਟੇ ਤੱਕ ਬੰਦੇ ਆ ਗਏ ਸੀ ਮੌਕੇ 'ਤੇ, ਫੜੇ ਗਏ ਸੀ ਉਹ ਮੌਕੇ 'ਤੇ, ਇਹਨਾਂ ਦਾ ਫਰਜ਼ ਬਣਦਾ ਸੀ ਮੌਕੇ 'ਤੇ ਨਾਂ ਨੂੰ ਪੁੱਛਣ, ਜਿਹੜੀ FIR ਦਿੱਤੀ ਇਹਨਾਂ ਨੇ ਮੌਕੇ 'ਤੇ ਇਹਨਾਂ ਦਾ ਫਰਜ਼ ਬਣਦਾ ਸੀ ਨਾਮ ਲਿਖਣ ਡਰਾਈਵਰ ਦਾ, ਉੱਥੇ ਮੈਡੀਕਲ ਟੈਸਟ ਕਰਾਉਣਾ, ਮੈਡੀਕਲ ਟੈਸਟ ਹੋਇਆ ਇਹਨਾਂ ਨਾਲ ਲਿਖਿਆ, ਗੱਡੀ ਦੋਵੇਂ ਉੱਥੇ ਲੱਗੀਆਂ ਹੋਈਆਂ ਵਾ ਥਾਣੇ ਦੇ ਬਾਹਰ, ਓਵਰਲੋਡਿੰਗ ਗੱਡੀਆਂ ਸੀ ਦੋਵੇਂ, ਓਵਰਲੋਡ ਗੱਡੀਆਂ ਸੀ ਦੋਵੇਂ, ਮਾਲ ਨਾਲ ਭਰੀਆਂ ਹੋਈਆਂ ਝੋਨੇ ਦੀਆਂ ਗੱਡੀਆਂ, ਝੋਨੇ ਸਰਕਾਰ ਉਹੀ ਨਿਆਂ ਚਾਹੀਦਾ, ਇਨਸਾਫ਼ ਚਾਹੀਦਾ, ਹੋਰ ਕੀ ਚਾਹੀਦਾ। ਇਹ ਮਿਤੀ 1-3 ਰਾਤ ਨੂੰ ਕੋਈ 9:30 ਵਜੇ ਦੀ ਗੱਲ ਆ, ਇਹ ਰੇਹੜੀ ਲਾ ਕੇ ਆਪਣੇ ਸੱਤੂ ਦੀ ਰੇਹੜੀ ਲਾਉਂਦੇ ਤਰਨ ਤਾਰਨ ਰੋਡ ਦੇ ਉੱਤੇ, ਅਤੇ ਘਰ ਨੂੰ ਜਾ ਰਿਹਾ ਸੀ ਅਤੇ ਉੱਧਰੋਂ ਟਰੱਕ ਇੱਕ ਆਇਆ ਸੀ ਦਹਾਂ ਵਾਲੇ ਪਾਸਿਓਂ, ਪਹਿਲੇ ਨੇ ਟੱਕਰ ਮਾਰੀ ਆ ਅਤੇ ਦੂਜਾ ਟਰੱਕ ਇਹਦੇ ਉੱਤੇ ਚੜ ਗਿਆ ਅਤੇ ਇਹਦੀ ਉਹਦੀ ਮੌਤ ਹੋ ਗਈ ਆ।
ਪਰਿਵਾਰ ਦਾ ਕਹਿਣਾ ਹੈ ਕਿ ਮੌਕੇ 'ਤੇ ਜਿਹੜਾ ਮੁਲਾਜ਼ਮ ਫੜੇ ਸੀ ਮੁਲਜ਼ਮ ਉਹ ਛੱਡ ਦਿੱਤੇ ਗਏ। ਕਿਹੜੇ ਮੌਕੇ ਤੋਂ ਜੀ? ਜਿਹੜੇ ਡਰਾਈਵਰ ਸੀ ਫੜਿਆ ਸੀ ਅਤੇ ਉਹਨੂੰ ਛੱਡ ਦਿੱਤਾ। ਨਹੀਂ ਫੜੇ ਫੜੇ ਛੱਡੇ ਕਿੱਥੇ? ਹਾਂਜੀ ਉਹਨਾਂ ਦੇ ਆਪਣੇ ਉਹਨਾਂ ਦੇ ਮਚਲ ਕੇ ਭਰ ਕੇ ਜਮਾਨਤਨਾਮੇ ਭਰ ਕੇ ਉਹਨਾਂ ਦੇ ਜੋ ਜਮਾਨਤ ਯੋਗ ਹੋਣ ਕਰਕੇ ਅਤੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਜਮਾਨਤਾਂ ਭਰ ਕੇ ਅਤੇ ਫਿਰ ਛੱਡਿਆ ਉਹਨਾਂ ਨੂੰ। ਜੇ ਜੋ ਵੀ ਮਤਲਬ ਲਾਅ ਦੇ ਮੁਤਾਬਕ ਜੋ ਵੀ ਕੋਈ ਧਾਰਾ ਲੱਗਦੀ ਹੋਵੇਗੀ ਅਸੀਂ ਜ਼ਰੂਰ ਲਾਵਾਂਗੇ।